ਗੁਲਜ਼ਾਰ ਸਿੰਘ ਸੰਧੂ ਦੀ ਪੁਸਤਕ ਹੁਸਨ ਦੇਹਾਣੀ ਦੀ ਕਹਾਣੀ ਕੱਚੀਆਂ ਤਰੇਲੀਆਂ ਪਿਛਲੇ ਸਿਆਲ ਦੀ ਇੱਕ ਠੰਡੀ ਰਾਤ ਪਤਾ ਨਹੀਂ ਕਿਉਂ ਬੈਠੇ ਆ ਬੈਠੇ ਆ ਗੁਰਦੇਵ ਉਦਾਸ ਹੋ ਗਿਆ ਖੇਤ ਵਿੱਚ ਕੰਮ ਕਰਕੇ ਹੰਬਿਆ ਹਟਿਆ ਆ ਸੀ ਉੰਜ ਵੀ ਉਹ ਆਪਣੇ ਜੀਵਨ ਦੇ ਉਹਨਾਂ ਵਰਿਆਂ 'ਚੋਂ ਲੰਘ ਰਿਹਾ ਸੀ ਜਦੋਂ ਮਨੁੱਖ ਵਿੱਚ ਸੱਜਰੀ ਸੱਜਰੀ ਚੇਤਨਤਾ ਉਤਪੰਨ ਹੁੰਦੀ ਹੈ ਇਹ ਚੇਤਨਤਾ ਜੀਵਨ ਦੇ ਸਭ ਤੋਂ ਵਧੇਰੇ ਅਮੀਰ ਭਲਾ ਨੂੰ ਜਨਮ ਦਿੰਦੀ ਹੈ ਅਧੀਰਜਾ ਹੋ ਕੇ ਉਹ ਦਰਸ਼ੀ ਨਾਲ ਖੇਡਣ ਲੱਗ ਪਿਆ ਦਰਸ਼ੀ ਦੀ ਹਾਜ਼ਰੀ ਚ ਦੁਨੀਆਂ ਨੂੰ ਪਰਵੀ ਪਰਵੀ ਮਹਿਸੂਸ ਹੁੰਦੀ ਦਰਸ਼ੀ 7-8 ਵਰੇ ਦੀ ਨਿੱਕੀ ਜੀ ਬੱਚੀ ਸੀ ਉਹ ਦਰਸ਼ੀ ਨੂੰ ਅੰਤਾਂ ਦਾ ਪਿਆਰ ਕਰਦਾ ਸੀ ਕੀਮਤੀ ਤੋਂ ਕੀਮਤੀ ਚੀਜ਼ ਉਹ ਮੰਗਦੀ ਗੁਰਦੇਵ ਛੱਟਪਟ ਲਿਆ ਦਿੰਦਾ ਉਹਦੀ ਹਰ ਲੋੜ ਮੂੰਹ ਨਿਕਲਣ ਤੋਂ ਪਹਿਲਾਂ ਹੀ ਪੂਰੀ ਕਰ ਦਿੰਦਾ ਸੀ ਮੈਂ ਤੈਨੂੰ ਕਿੰਨਾ ਸੋਹਣਾ ਲੱਗਦਾ ਗੁਰਦੇਵ ਨੇ ਦਰਸ਼ੀ ਨੂੰ ਆਪਣੇ ਸਾਹਮਣੇ ਬਿਠਾ ਕੇ ਪੁੱਛਿਆ ਰੱਬ ਜਿੰਨਾ ਦਰਸ਼ੀ ਨੇ ਭੋਲੇ ਭਾ ਉੱਤਰ ਦਿੱਤਾ ਹੱਥ ਖੋਲ ਕੇ ਦੱਸ ਕਿੰਨਾ ਰੱਬ ਜਿੱਡੇ ਗੁਰਦੇਵ ਨੇ ਹੁਕਮ ਦਿੱਤਾ ਅਡਾਸਾਰਾ ਦਰਸ਼ੀ ਨੇ ਪੂਰੀ ਤਾਨ ਨਾਲ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਪੂਰੀਆਂ ਖੋਲਤੀਆਂ ਇਸ ਸਮੇਂ ਦਰਸ਼ੀ ਬਹੁਤ ਹੀ ਮਾਸੂਮ ਤੇ ਭੂਲੀ ਵਿਖਾਈ ਦੇ ਰਹੀ ਸੀ ਦਰਸ਼ੀ ਨੇ ਕੁਲੀਆਂ ਕੁਲੀਆਂ ਨੰਨੀਆਂ ਨੰਨੀਆਂ ਬਾਹਾਂ ਨੂੰ ਐਨੇ ਤਾਨ ਨਾਲ ਤਾਣਿਆ ਕਿ ਗੁਰਦੇਵ ਦਾ ਸਾਰਾ ਵਿਸ਼ਾਦ ਖੰਭਲਾ ਕੇ ਉੱਡ ਗਿਆ ਜ਼ਿੰਦਗੀ ਉਹਨੂੰ ਨਿਖਰੇ ਨਿਖਰੇ ਜਾਪੀ ਪਰ ਇਹ ਤਾਂ ਕੁਝ ਵੀ ਨਹੀਂ ਗੁਰਦੇਵ ਨੇ ਦਰਸ਼ੀ ਨੂੰ ਚਿੜਾਉਣ ਦੇ ਭਾਵਨਾ ਲਾਖਿਆ ਦਰਸ਼ੀ ਦੇ ਬੋਲੇ ਢਿੱਲੇ ਪੈ ਗਏ ਗੁਰਦੇਵ ਦੀ ਇਸ ਗੱਲ ਉੱਤੇ ਉਹਨੂੰ ਗੁੱਸਾ ਜਿਹਾ ਆ ਗਿਆ ਬਾਹਾਂ ਇਕੱਠੀਆਂ ਕਰਕੇ ਗੁੱਛਾ ਜਿਹਾ ਬਣ ਕੇ ਬੈਠ ਗਈ ਗੁੱਸੇ ਦੇ ਰੂਪ ਚ ਦਰਸ਼ੀ ਉਹਨੂੰ ਹੋਰ ਵੀ ਪਿਆਰੀ ਲੱਗੀ ਦਰਸ਼ੀ ਨੂੰ ਉਹਨੇ ਘੁੱਟ ਕੇ ਕਾਲਜੇ ਨਾਲ ਲਾ ਲਿਆ ਉਹਨੂੰ ਉਹਨੇ ਆਪਣੇ ਗਲੇ ਦੁਆਲੇ ਲਪਟ ਜਾਣ ਲਈ ਆਖਿਆ ਪਰ ਦਰਸ਼ੀ ਗੁੱਸੇ ਹੋ ਚੁੱਕੀ ਸੀ ਤੈਨੂੰ ਰਿਓੜੀਆਂ ਲਿਆ ਕੇ ਦਿਆਂਗਾ ਤੈਨੂੰ ਗੁੱਡੀਆਂ ਲਿਆ ਕੇ ਦਿਆਂਗਾ ਤੈਨੂੰ ਸਾਈਕਲ ਤੇ ਝੂਟੇ ਦਿਆਂਗਾ ਬਾਗੋਂ ਫੁੱਲ ਲਿਆ ਕੇ ਦਿਆਂਗਾ ਪਤਾ ਨਹੀਂ ਕੀ ਕੁਝ ਗੁਰਦੇਵ ਨੇ ਆਖਿਆ ਪਰ ਦਰਸ਼ੀ ਦਾ ਪਾਰਾ ਥੱਲੇ ਨਹੀਂ ਸੀ ਆਉਂਦਾ ਪਿਆ ਦਰਸ਼ੀ ਨੂੰ ਖੁਸ਼ ਨਾ ਹੁੰਦੀ ਵੇਖ ਕੇ ਗੁਰਦੇਵ ਨੇ ਆਪਣੇ ਆਪ ਨੂੰ ਕੋਸਿਆ ਚੰਗੀ ਭਲੀ ਦਰਸ਼ੀ ਦੀ ਰੀਜ ਨੂੰ ਐਵੇਂ ਥੋੜੀ ਕਹਿ ਬੈਠਿਆ ਸੀ ਤੈਨੂੰ ਪਿਉਂਦੀ 베ਰੀ ਦੇ ਬੇਰ ਲਿਆ ਕੇ ਦੇਾਂਗਾ ਨਿਰਾਸ਼ ਹੋ ਕੇ ਉਹਨੇ ਦਰਸ਼ੀ ਨੂੰ ਦੀ ਸਭ ਤੋਂ ਵਧੇਰੇ ਪਿਆਰੀ ਚੀਜ਼ ਦਾ ਲਾਲਚ ਦਿੱਤਾ ਹੁਣੇ ਦਰਸ਼ੀ ਨੇ ਤਾਲੀ ਮਾਰ ਕੇ ਆਖਿਆ ਤੇ ਗੋਲ-ਗੋਲ ਬਾਹਾਂ ਗੁਰਦੇਵ ਦੇ ਗਲ ਦੁਆਲੇ ਭਲੇਟ ਦਿੱਤੀਆਂ ਬੇਬਸ ਹੋ ਕੇ ਗੁਰਦੇਵ ਹੱਸ ਪਿਆ ਅਸਮਾਨ ਦੇ ਤਾਰੇ ਉਹਨੂੰ ਛੱਤ ਦੇ અત્યੰਤ ਨੇੜੇ ਆਉਂਦੇ ਜਾਪੇ ਇਕ ਤਾਰਾ ਤੋੜ ਕੇ ਦਰਸ਼ੀ ਨੂੰ ਦੇ ਦੇਵੀ ਗੁਰਦੇਵ ਦਾ ਜੀ ਕੀਤਾ ਪਰ ਦਰਸ਼ੀ ਤਾਂ ਬੇਰ ਮੰਗਦੀ ਸੀ ਗੁਰਦੇਵ ਦੇ ਆਪਣੇ ਖੇਤ ਚ ਲੱਗੀ ਹੋਈ ਪਿਉਂਦੀ ਬੇਰ ਦੀ ਬੇਰ ਗੁਰਦੇਵ ਸੋਚ ਰਿਹਾ ਸੀ ਦਰਸ਼ੀ ਗੁਰਦੇਵ ਦੀਆਂ ਗੱਲਾਂ ਉੱਤੇ ਸੱਜਰੀ ਸੱਜਰੀ ਉੱਗੀ ਹੋਈ ਦਾੜੀ ਦੀ ਲੋਈਂ ਚੁੰਗਲਾਂ ਫੇਰ-ਫੇਰ ਕੇ ਕੰਘੀ ਕਰ ਰਹੀ ਸੀ ਸਿਆਲੀ ਰਾਤ ਦੇ 9 ਵੱਜ ਚੁੱਕੇ ਸੀ ਖੇਤ ਚ ਪਹੁੰਚਣਾ ਇਸ ਸਮੇਂ ਕਿੰਨਾ ਕਠਿਨ ਸੀ ਇਹ ਸਭ ਕੁਝ ਉਹਨੇ ਦਰਸ਼ੀ ਨੂੰ ਸਮਝਾਇਆ ਥੋੜੀ ਜੀ ਜ਼ਿੱਦ ਕਰਨ ਪਿੱਛੋਂ ਦਰਸ਼ੀ ਮੰਨ ਗਈ ਕੁੜੀ ਸੌ ਕੁੜੀ ਸੀ ਜਿਵੇਂ ਕਹੋ ਮੰਨ ਜਾਂਦੀ ਸੀ ਦਰਸ਼ੀ ਇੱਕ ਪਿਆਰ ਦੇਣਗੀ ਗੁਰਦੇਵ ਨੇ ਰੋਜ਼ ਵਾਂਗ ਪੁੱਛਿਆ ਦਰਸ਼ੀ ਕੁਝ ਸੋਚ ਰਹੀ ਸੀ ਪਿਉਂਦੀ 베ਰੀ ਦੇ ਬੇਰ ਉਹਨੂੰ ਭੁੱਲ ਚੁੱਕੇ ਸੀ ਬਸ ਇੱਕੋ ਪਿਆਰ ਆਪਣੀ ਮਰਜ਼ੀ ਨਾਲ ਗੁਰਦੇਵ ਨੇ ਭੀਖ ਮੰਗੀ ਦਰਸ਼ੀ ਹਾਲੇ ਵੀ ਕੁਝ ਸੋਚ ਰਹੀ ਸੀ ਪਰਸੋਂ ਵਾਂਗ ਕੱਲ ਵਾਂਗ ਅੱਜ ਦੁਪਹਿਰ ਵਾਂਗ ਉਹਨੇ ਦਰਸ਼ੀ ਨੂੰ ਦਲੀਲ ਦੇ ਕੇ ਪੁਰਾਣਾ ਚੇਤਾ ਕਰਾਇਆ ਤੇ ਆਪਣਾ ਮੂੰਹ ਉਹਦੇ ਮੂੰਹ ਦੇ ਨੇੜੇ ਕਰ ਦਿੱਤਾ ਦਰਸ਼ੀ ਤਾਰੇ ਅਮਲ ਵੇਖ ਰਹੀ ਸੀ ਜਿਹੜੇ ਕਿ ਗੁਰਦੇਵ ਨੂੰ ਹੁਣ ਦੂਰ ਚਲੇ ਗਿਆ ਜਾਪਦੇ ਸੀ ਗੁਰਦੇਵ ਦੇ ਮੂੰਹ ਨੂੰ ਨੇੜੇ ਹੁੰਦਾ ਵੇਖ ਕੇ ਉਹਨੇ ਆਪਣਾ ਗੋਰਾ ਤੇ ਨੰਨਾ ਮੁਖੜ ਆਪਣੀਆਂ ਕੂਲੀਆਂ ਬਾਹਾਂ ਨਾਲ ਟਕ ਲਿਆ ਚੰਗਾ ਤੂੰ ਸੌਏਂਗੀ ਨਾ ਗੁਰਦੇਵ ਨੂੰ ਫੁਰਨਾ ਫੁਰਿਆ ਦਰਸ਼ੀ ਉਸ ਵੱਲ ਵੇਖਣ ਲੱਗ ਪਈ ਤੂੰ ਸੌ ਚੁੱਕੀ ਹੋਏਂਗੀ ਗੁਰਦੇਵ ਨੇ ਦਰਸ਼ੀ ਨੂੰ ਆਪਣੇ ਵੱਲ ਤੱਕਦਿਆਂ ਵੇਖ ਕੇ ਆਖਿਆ ਦਰਸ਼ੀ ਪਹਿਲਾਂ ਵਾਂਗੀ ਬਿਟਰ ਬਿਟਰ ਝਾਕਦੀ ਰਹੀ ਸੁੱਤੀ ਪਈ ਨੂੰ ਤੈਨੂੰ ਮੈਂ ਚੁੰਮ ਚੁੰਮ ਬਿਹਾਲ ਕਰ ਦਿਆਂਗਾ ਗੁਰਦੇਵ ਨੇ ਆਪਣੇ ਇਸ ਫੁਰਨੇ ਤੇ ਪ੍ਰਸੰਨ ਹੋ ਕੇ ਆਖਿਆ ਪਰ ਇਹ ਸੁਣ ਕੇ ਦਰਸ਼ੀ ਇੰਜ ਕੁਸੁੰਨ ਜਿਆ ਬਣ ਕੇ ਬੈਠ ਗਈ ਜਿਵੇਂ ਬਹੁਤ ਹੀ ਗੁੱਸੇ ਚ ਆ ਗਈ ਹੋਵੇ ਅੰਗ ਜਿਵੇਂ ਉਹਦੇ ਠੰਡ ਨਾਲ ਸੁੰਨ ਹੋ ਗਏ ਹੋਣ ਸਰੀਰ ਜਿਵੇਂ ਉਹਦਾ ਬਰਫ਼ ਚ ਲੱਗ ਗਿਆ ਹੋਵੇ ਰਾਤ ਦੇ 10:30 ਵਜੇ ਗਏ ਸੀ ਸਾਰਾ ਪਿੰਡ ਜਿਵੇਂ ਗਸ਼ ਖਾ ਕੇ ਸੌਂ ਗਿਆ ਸੀ ਪੁੰਨਿਆਂ ਦਾ ਚਾਨੋ ਸੇ ਤੇਜ਼ੀ ਨਾਲ ਚਮਕ ਰਿਹਾ ਸੀ ਅੱਧਾ ਘੰਟਾ ਪਹਿਲਾਂ ਮੜੀਆਂ ਵਾਲੇ ਹਲਟ ਤੇ ਕਿਸਾਨ ਬਲਦ ਖੋਲ ਕੇ ਲੈ ਗਿਆ ਸੀ ਹਲਟ ਦੇ ਕੁੱਤੇ ਦੀ ਟਿਕ ਟਿਕ ਬੰਦ ਹੋ ਗਈ ਸੀ ਦਰਸ਼ੀ ਦੀ ماں ਵਾਲੇ ਕਮਰੇ ਦੇ ਰੋਸ਼ਨਦਾਨ 'ਚ ਕੋਈ ਪੌਣੇ ਘੰਟੇ ਤੋਂ ਰੋਸ਼ਨੀ ਗੁੱਲ ਸੀ। ਦਰਸ਼ੀ ਦੀ ماں ਸ਼ਾਮੋਂ ਤੇ ਚਰਖਾ ਕੱਤਣ ਵਾਲੀਆਂ ਤਰੰਜਣ ਦੀਆਂ ਕੁੜੀਆਂ ਸਭ ਸੌ ਗਈਆਂ। ਰਾਤ ਸਾਂਸਾਂ ਪਈ ਕਰਦੀ ਸੀ। ਕਿਸੇ ਬਿਰਛ ਤੇ ਕੋਈ ਪੰਛੀ ਨਹੀਂ ਸੀ ਚਹਿਕਦਾ। ਕੋਈ ਕੁੱਤਾ ਵੀ ਨਹੀਂ ਸੀ ਭੌਂਕਰ ਆਪਣੀ ਬੈਠਕ ਦੀ ਖਿੜਕੀ ਰਾਹੀਂ ਗੁਰਦੇਵ ਦਰਸ਼ੀ ਦੀ ماں ਵਾਲੇ ਕਮਰੇ ਦੇ ਨੇਰੇ ਰੋਸ਼ਨਦਾਨ ਵੱਲ ਵੇਖਦਾ ਰਿਹਾ। ਮੈਂ ਤਾਂ ماں ਕੋਲ ਜਾਣਾ ਹੈ। ਦਰਸ਼ੀ ਨੇ ਪੂਰਨ ਗੰਭੀਰਤਾ ਨਾਲ ਲਾਖਿਆ। ਉਹਨਾਂ ਰਾਤ ਦੇ 11 ਵੱਜ ਚੁੱਕੇ ਸੀ ਦਰਸ਼ੀ ਦੇ ਘਰ ਦਾ ਨਾਂ ਸੁਣ ਕੇ ਗੁਰਦੇਵ ਤਰਬਕ ਪਿਆ ਉਹਦੀ ਮਾਂ ਸ਼ਿਆਮੋ ਬਾਕੀ ਸਹੇਲੀਆਂ ਸਮੇਤ ਘੰਟਾ ਹੋਇਆ ਕਮਰੇ ਦੀ ਲਾਲਟਨ ਬੁਝਾ ਕੇ ਸੌਂ ਚੁੱਕੀ ਸੀ ਉਹਦਾ ਕਮਰਾ ਗੁਰਦੇਵ ਨੂੰ ਆਪਣੀ ਬੈਠਕ ਦੀ ਖਿੜਕੀ 'ਚ ਸਾਫ਼ ਦਿਸ ਰਿਹਾ ਸੀ ਗੁਰਦੇਵ ਦਾ ਕਮਰਾ ਪਿੰਡ ਤੋਂ ਬਾਹਰ ਨੀਵੀਂ ਥਾਂ 'ਤੇ ਸੀ ਸ਼ਿਆਮੋ ਦਾ ਜ਼ਰਾ ਉੱਚੇ ਰੀ ਤਾਂ ਤੇ ਸ਼ਿਆਮੋ ਕੋਲ ਪਿੰਡ ਦੀਆਂ ਹੋਰ ਵੀ ਕੁੜੀਆਂ ਸੁੱਤੀਆਂ ਪਈਆਂ ਸੀ ਰਾਤ ਨੂੰ ਇਸ ਸਮੇਂ ਉਹਨਾਂ ਨੂੰ ਜਗਾਉਣਾ ਗੁਰਦੇਵ ਨੂੰ ਚਿਤ ਤੇ ਨਾ ਆਪਿਆ ਉਨੇ ਦਰਸ਼ੀ ਨੂੰ ਆਪਣੀ ਮਜਬੂਰੀ ਜਤਾਈ ਪਰ ਦਰਸ਼ੀ ਇਸ ਵਰ ਤਸ ਤੋਂ ਮਸਣਾ ਹੋਈ ਉਹ ਘਰ ਜਾਣ ਲਈ ਤੁਲੀ ਹੋਈ ਸੀ 8 ਬਰੇ ਦੀ ਉਹ ਹੋ ਗਈ ਸੀ ਪਰ ਇੱਕ ਰਾਤ ਵੀ ਉਹ ਆਪਣੀ ਮਾਂ ਨਾਲੋਂ ਵੱਖ ਨਹੀਂ ਸੀ ਸੁੱਤੀ ਆਪਣੀ ਵਿਧਵਾ ਮਾਂ ਦੀ ਉਹ ਇੱਕੋ ਇੱਕ ਧੀ ਸੀ ਸ਼ਾਇਦ ਇਸੇ ਲਈ ਉਹ ਮਾਂ ਦੀ लाडली ਸੀ ਗੁਰਦੇਵ ਕੋਲ ਵੀ ਉਹ ਇਸ ਲਈ ਸੌਂ ਗਈ ਕਿ ਗੁਰਦੇਵ ਉਹਨੂੰ ਬੇਨਤ ਪਿਆਰ ਕਰਦਾ ਸੀ ਕਈ ਵਾਰ ਉਹਦੀ ਮਾਂ ਨਾਲੋਂ ਵੀ ਜ਼ਿਆਦਾ ਤੇ ਜਦ ਸੌਣ ਤੋਂ ਪਹਿਲਾਂ ਉਹਦੀ ਮਾਂ ਉਹਨੂੰ ਗੁਰਦੇਵ ਕੋਲੋਂ ਲੈਣ ਆਈ ਅੱਜ ਉਹਨੇ ਡਟ ਕੇ ਨਾਂ ਕਰ ਦਿੱਤੀ ਸੀ ਆਪਣੇ ਵੀਰੇ ਦੇ ਗੋਡਿਆਂ 'ਤੇ ਠਾਕੇ ਮਰ ਜਾਵੇਗੀ ਇਹਨੇ ਕਦੀ ਬੱਚੇ ਸੁਆਏ ਨਹੀਂ ਸੱਤਾ ਪਿਆ ਤਾਂ ਹੁੰਜਵੀ ਕੁੰਭ ਕਰਨ ਹੁੰਦਾ ਇਹਨੂੰ ਆਪਣੇ ਆਪ ਦੀ ਹੋਸ਼ ਨਹੀਂ ਹੁੰਦੀ ਉਹਦੀ ਮਾਂ ਨੇ ਦਲੀਲ ਦਿੱਤੀ ਸੀ ਇਹ ਅੱਜ ਨਹੀਂ ਜਾਂਦੀ ਤੁਹਾਡੇ ਨਾਲ ਭਾਵੇਂ ਕਿੰਨੀਆਂ ਵੀ ਹੰਤਾਂ ਬੁਣ ਲਓ ਗੁਰਦੇਵ ਨੇ ਉੱਤਰ ਦਿੱਤਾ ਸੀ ਤੇ ਦਰਸ਼ੀ ਨੇ ਗੁਰਦੇਵ ਦੇ ਗੱਲ ਨਾਲ ਚੰਬੜ ਕੇ ਮਾਣੂ ਨਾ ਕਰ ਦਿੱਤੀ ਸੀ ਨਿਰਾਸ਼ੀ ਹੋ ਕੇ ਉਹ ਚਲੀ ਗਈ ਗੁਰਦੇਵ ਨੂੰ ਸ਼ਿਆਮੋ ਦੀ ਹਾਰ ਤੇ ਆਪਣੇ ਜਿੱਤ ਦਾ ਪੂਰਨ ਅਹਿਸਾਸ ਸੀ ਤੇ ਉਹ ਮਾਂ ਨੇ ਮਨ 'ਚ ਬੜਾ ਪਰਸੰਨ ਸੀ ਸ਼ਿਆਮੋ ਇਸੇ ਪਿੰਡ ਦੀ ਕੁੜੀ ਸੀ ਸ਼ਾਮ ਕਾਰੋ ਦਾ ਨਾਂ ਸੀ ਉਹਨ ਜੋ ਦੇ ਹਮ ਉਮਰ ਉਹਨੂੰ ਸ਼ਿਆਮੋ ਕਹਿ ਕੇ ਸੰਬੋਧਨ ਕਰਦੇ ਸੀ ਮਾਪਿਆਂ ਨੂੰ ਲਾਡਲੀ ਹੋਣ ਕਾਰਨ ਚੰਗੇ ਅਮੀਰ ਘਰੋ ਦਾ ਵਿਆਹ ਹੋਇਆ ਸੀ ਨਹਿਰਾਂ ਦਾ ਠੇਕੇਦਾਰੋ ਦਾ ਸਹਰਾ ਸੀ ਬੁਰੇ ਦਿਨ ਉਹਨੇ ਕਦੇ ਵੇਖੇ ਨਹੀਂ ਸੀ ਸ਼ਾਦੀ ਤੋਂ ਵਰਾ ਕੋ ਪਿੱਛੇ ਹੀ ਉਹਦੀ ਉਹਦਾ ਪਤੀ ਨਹਿਰ ਉਤੇ ਨਿਗਰਾਨੀ ਕਰਦਾ ਪੈਰ ਫਿਸਲਣ ਨਾਲ ਨਹਿਰ ਚ ਡੁੱਬ ਕੇ ਮਰ ਗਿਆ ਉਸ ਸਮੇਂ ਹਾਲੀ ਉਹਦੀਆਂ ਮੁੱਛਾਂ ਹੀ ਫੁੱਟ ਰਹੀਆਂ ਸੀ ਸ਼ਰੀਕੇ ਨੇ ਸ਼ਿਆਮੋ ਨੂੰ ਕੁਝ ਵੀ ਨਹੀਂ ਸੀ ਦਿੱਤਾ ਸਾਸਰੀਓ ਨੂੰ ਵੇਖ ਨਹੀਂ ਸੀ ਸੁਖਾਉਂਦੇ ਪਿੰਡ ਦੀ ਧੀ ਸਭ ਦੀ ਸਾਂਝੀ ਹੁੰਦੀ ਐ ਸੋਨੇ ਵਰਗੀ ਧੀ ਸੀ ਉਹ ਸਾਰੇ ਪਿੰਡ ਦੀ ਉਹਨੂੰ ਖੱਜਲ ਖੁਆਰ ਹੁੰਦੀ ਨੂੰ ਕਿਵੇਂ ਵੇਖ ਸਕਦੇ ਸੀ ਉਹਨਾਂ ਨੇ ਉਹਨੂੰ ਪਿੰਡ ਬੁਲਾ ਲਿਆ ਇੰਨੇ ਸੋਹਣੇ ਪਤੀ ਦੀ ਮੌਤ ਉੱਤੇ ਜਵਾਨੀ ਦਾ ਰੰਡੇਪਾ ਉਹ ਸ਼ਾਇਦ ਜਰਵੀ ਨਾ ਸਕਦੇ ਪਰ ਦਰਸ਼ੀ ਉਹਦੀ ਕੁੱਖ ਵਿੱਚ ਸੀ ਰੰਡੇਪੇ ਦਾ ਸਾਰਾ ਦੁੱਖ ਆਪਣੀ ਹਰੀ ਕੁੱਖ ਦੇ ਸਦਕੇ વીਤ ਗਈ ਮਾਪੇ ਆ ਕੇ ਸ਼ਿਆਮੋ ਨੇ ਸਿਲਾਈ ਦਾ ਕੋਰਸ ਕਰ ਲਿਆ ਸੀ ਇਸ ਤਰ੍ਹਾਂ ਕੱਪੜੇ ਸਿਉਂ ਕੇ ਗੁਜ਼ਾਰਾ ਕਰਦੀ ਹਾਲੀ ਵੀ ਉਹਦੀ ਜਵਾਨੀ ਬੀਤ ਨਹੀਂ ਸੀ ਗਈ 26-27 ਵਰੇ ਉਹਦੀ ਉਮਰ ਸੀ ਚਿਹਰੇ ਉੱਤੇ ਉਹਦੇ ਬੁਢਾਪੇ ਦਾ ਕਿਦਰੇ ਚਿੰਨ ਨਹੀਂ ਸੀ ਸਮੇਂ ਦੀ ਚਾਲ ਨੇ ਉਸ ਉੱਤੇ ਸੰਤੋਖ ਦੇ ਚਿੰਨ ਛੱਡ ਦਿੱਤੇ ਸੀ ਜਿਨ੍ਹਾਂ ਕਾਰਨ ਉਹ ਬੜੀ ਪਿਆਰੀ ਲੱਗਦੀ ਸੀ ਗੁਰਦੇਵ ਉਹਦੀ ਧੀ ਨੂੰ ਲਾਡ ਕਰਦਾ ਸੀ ਤੇ ਗੁਰਦੇਵ ਦੀ ਉਹ ਸ਼ੁਭਚਿੰਤਕ ਸੀ ਹਮ ਉਮਰ ਇਹਨੇ ਪ੍ਰਭਾਵਤ ਨਹੀਂ ਕਰਦੇ ਜਿੰਨੀ ਵਡੇਰੀ ਉਮਰ ਵਾਲੇ ਗੁਰਦੇਵ ਨਾਲੋਂ ਸ਼ਿਆਮੋ ਨੇ ਜ਼ਿੰਦਗੀ ਨੂੰ ਵਡੇਰੇ ਗੋਹ ਨਾਲ ਵੇਖਿਆ ਸੀ ਗੁਰਦੇਵ ਨਾਲ ਉਹਦਾ ਅਨੁਭਵ ਬਧੇਰੇ ਵਿਸ਼ਾਲ ਤੇ ਹੰਢਿਆ ਹੋਇਆ ਸੀ ਗੁਰਦੇਵ ਦੀ ਆਪਣੀ ਸ਼ਖਸੀਅਤ ਤੇ ਸ਼ਿਆਮੋ ਦੀ ਸ਼ਖਸੀਅਤ ਦੀ ਛਾਪ ਲੱਗ ਚੁੱਕੀ ਸੀ ਉਹ ਸ਼ਿਆਮੋ ਦੀਆਂ ਨਜ਼ਰਾਂ 'ਚ ਜਿੰਨਾ ਵੀ ਉੱਚਾ ਉੱਠ ਸਕਦਾ ਗੁਰਦੇਵ ਨੂੰ ਥੋੜਾ ਹੀ ਜਾਪਦਾ ਸੀ ਕੋਈ ਵੀ ਸੋਹਣੀ ਸੋਚ ਉਹ ਸੋਚਦਾ ਸ਼ਿਆਮੋ ਨੂੰ ਕਿਸ ਤਰ੍ਹਾਂ ਪਤਾ ਲੱਗ ਜਾਏ ਉਹਦਾ ਜੀ ਕਰਦਾ ਕੋਈ ਵੀ ਸੋਹਣੀ ਗੱਲ ਉਹਨੂੰ ਫੁਰਦੀ ਸ਼ਿਆਮੋ ਨੂੰ ਸੁਣਾ ਆਵੇ ਉਹ ਬੇਤਾਬ ਹੋ ਬੈਠਦਾ ਕਿੰਨਾ ਸਤਕਾਰ ਸੀ ਉਹਦੇ ਦਿਲ 'ਚ ਸ਼ਿਆਮੋ ਲਈ ਉਹ ਸ਼ਿਆਮੋ ਨੂੰ ਦੱਸਣਾ ਚਾਹੁੰਦਾ ਕਿਹੋ ਜਾਂ ਸਤਕਾਰ ਸੀ ਇਹ ਮਾਂ ਭੈਣ ਪ੍ਰੇਮਿਕਾ ਸਭ ਨਾਲ ਰਿਸ਼ਤਿਆਂ ਨਾਲੋਂ ਵਧੇਰੇ ਪਰਬਲ ਤੇ ਅਮੀਰ ਕਿੰਨਾ ਅਮੀਰ ਕਰ ਦਿੱਤਾ ਸੀ ਗੁਰਦੇਵ ਤੇ ਦਿਲ ਨੂੰ ਗੁਰਦੇਵ ਦੀ ਇਸ ਲਗਨ ਨੇ ਉਹ ਸੋਚਦਾ ਉਹਨੂੰ ਬੈਠੇ-ਬੈਠੇ ਨੂੰ ਆਪਣੇ ਆਪ ਤੇ ਖੁਸ਼ਬੂ ਦੀਆਂ ਲਪਟਾਂ ਆਉਂਦੀਆਂ ਪਰ ਇਹ ਸੁਗੰਧ ਉਹ ਸ਼ਾਮੋਂ ਤੱਕ ਕਿਵੇਂ ਵੀ ਨਾ ਪੋਚਾ ਸਕਦਾ ਇਹਦਾ ਇੱਕੋ ਇੱਕ ਵਸੀਲਾ ਦਰਸ਼ੀ ਨੂੰ ਪਿਆਰ ਕਰਨਾ ਸੀ ਦਰਸ਼ੀ ਨੂੰ ਜਿੰਨਾ ਵੀ ਚੰਗਾ ਲੱਗਦਾ ਦਰਸ਼ੀ ਆਪਣੀ ਪਿਆਰੀ ਮਾਂ ਨੂੰ ਜਾ ਕੇ ਦੱਸ ਦਿੰਦੀ ਇਸ ਗੱਲ ਦਾ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਉਮਰ ਸੀ ਦਰਸ਼ੀ ਦੀ ਮਸਾਂ 8 ਵਰੇ ਗੁੜੀਆਂ ਗੁੜੀਆਂ ਗੱਲਾਂ ਫਿੱਕੀਆਂ ਫਿੱਕੀਆਂ ਬਣਾ ਕੇ ਦਰਸ਼ੀ ਨੂੰ ਦੱਸਦਾ ਤਾਂ ਕਿ ਉਹ ਰਸਤੇ ਛੀਨਾ ਭੁੱਲ ਜਾਵੇ ਤੇ ਸਾਰੀਆਂ ਦੀਆਂ ਸਾਰੀਆਂ ਆਪਣੀ ਮਾਂ ਕੋਲ ਪਹੁੰਚਾ ਦੇਵੇ ਕਿੰਨਾ ਪਿਆਰ ਕਰਦਾ ਸੀ ਉਹ 8 ਵਰੇ ਦੀ ਦਰਸ਼ੀ ਨੂੰ ਕੇਵਲ ਉਹਦੀ ਮਾਂ ਲਈ ਉਹਨੂੰ ਪੂਰਨ ਅਹਿਸਾਸ ਸੀ ਕਿ ਸ਼ਾਮੋ ਵੀ ਉਹਨੂੰ ਸਤਕਾਰ ਦੀ ਨਜ਼ਰ ਨਾਲ ਵੇਖਣ ਲੱਗ ਪਈ ਸੀ ਹੁਣੇ-ਹੁਣੇ ਦਰਸ਼ੀ ਨੇ ਆਪਣੀ ਮਾਂ ਕੋਲ ਪਹੁੰਚਣਾ ਸੀ ਮਾਉ ਦੀ ਗੁਰਦੇਵ ਦੇ ਸਾਹਮਣੇ ਚਬਾਰੇ ਚ ਬੱਤੀ ਬੁਝਾ ਕੇ ਸੁੱਤੀ ਪਈ ਸੀ। ਅੱਧੀ ਰਾਤ ਬੀਤ ਗਈ ਸੀ। ਦੂਰ ਪਰੇ ਕੱਸੀ ਦੇ ਦੋਵੇਂ ਕੰਡਿਆਂ ਤੇ ਉੱਗਿਆ ਹੋਇਆ ਸਰਕੜਾ ਪੌਣ ਦੇ ਝੁੰਕਿਆਂ ਕਾਰਨ ਸਰਸਰ ਦੀ ਆਵਾਜ਼ ਦੇ ਰਿਹਾ ਸੀ। ਪੱਛਮ ਵੱਲ ਰੇਤ ਦਾ ਇੱਕ ਖੁੱਲਾ ਖੇਤ ਚੰਦ ਦੀ ਚਾਨਣੀ ਕਾਰਨ ਪਾਣੀ ਦੇ ਇੱਕ ਬਹੁਤ ਵੱਡੇ ਤਲਾਬ ਵਿੱਚ ਜਪਦਾ ਸੀ। ਦਰਸ਼ੀ ਮਾਂ ਕੋਲ ਜਾਣ ਲਈ ਪਹਿਲਾਂ ਵਾਂਗੀ ਉਤਾਵਲੀ ਸੀ। ਗੁਰਦੇਵ ਦੇ ਅਨ ਕੋਲ ਦਰਸ਼ੀ ਬੁੱਤ ਬਣੀ ਬੈਠੇ ਸੀ। ਸੱਤ ਅੱਠ ਘਰਾਂ ਅਗਿਓ ਲੰਘ ਕੇ ਦਰਸ਼ੀ ਦੇ ਘਰ ਪਹੁੰਚਿਆ ਜਾ ਸਕਦਾ ਸੀ ਪਰ ਇਹ ਗੱਲ ਗੁਰਦੇਵ ਲਈ ਕੋਈ ਵਧੇਰੇ ਇਕੱਠੇ ਨਹੀਂ ਸੀ ਬੱਚੀ ਆਪਣੀ ਮਾਂ ਨੂੰ ਮਿਲਣਾ ਲੋਚਦੀ ਸੀ ਤੇ ਇਸ ਵਿੱਚ ਕੋਈ ਗੁਨਾਹ ਵੀ ਨਹੀਂ ਸੀ ਗੁਰਦੇਵ ਬੜੀ ਸੌਖ ਨਾਲ ਹੀ ਮਾਂ ਦੀ ਬੱਚੀ ਮਾਂ ਨੂੰ ਸੌਂਪ ਸਕਦਾ ਸੀ ਰਾਤ ਕਿੰਨੀ ਵੀ ਕਿਉਂ ਨਾ ਬੀਤ ਚੁੱਕੀ ਹੁੰਦੀ ਪਰ ਇਹ ਸਭ ਕੁਝ ਦੇ ਬਾਵਜੂਦ ਰਾਤ ਦੇ ਸਮੇਂ ਸ਼ਾਮੂ ਦੇ ਘਰ ਪਹੁੰਚਣ ਸੰਬੰਧੀ ਸੋਚ ਕੇ ਉਹ ਚਾਰ ਪਾਈ ਤੇ ਬੈਠਾ ਬੈਠਾ ਚਣ ਚਣ ਆ ਗਿਆ ਉਹ ਕਿੰਨਾ ਵੀ ਕਿਉਂ ਨਾ ਕੰਬਦਾ ਦਰਸ਼ੀ ਨੂੰ ਆਪਣੀ ماں ਚੇਤੇ ਆ ਗਈ ਸੀ ਇਸ ਲਈ ਉਹ ਨੂੰ ਖਿਮਾ ਨਹੀਂ ਸੀ ਕਰ ਸਕਦੀ ਬੱਚੀ ਦੀ ਜ਼िद ਸੀ ਬੱਚੀ ਆਪਣੀ ਮਾਂ ਕੋਲ ਪਹੁੰਚਣਾ ਚਾਹੁੰਦੀ ਸੀ ਪਰ ਗੁਰਦੇਵ ਨੂੰ ਪਤਾ ਨਹੀਂ ਕਿਉਂ ਸਾਰੇ ਦੇ ਸਾਰੇ ਸਰੀਰ ਚ ਕੰਬਾ ਚੜਦਾ ਜਾ ਰਿਹਾ ਸੀ ਤੈਨੂੰ ਰਿਓੜੀਆਂ ਦੇਵਾਂਗਾ ਤੈਨੂੰ ਗੁੱਡੀਆਂ ਦੇਵਾਂਗਾ ਤੈਨੂੰ ਸਾਈਕਲ ਦੇ ਹੂਟੇ ਦੇਵਾਂਗਾ ਸੋਹਣੀਆਂ ਸੋਹਣੀਆਂ ਮੂਰਤਾਂ ਵਾਲਾ ਕਾਇਦਾ ਦੇਵਾਂਗਾ ਉਹਨੇ ਦਰਸ਼ੀ ਦੀ ਹਰ ਸੱਦਰ ਨੂੰ ਪੂਰੀ ਕਰਨ ਦਾ ਲਾਲਚ ਦਿੱਤਾ ਪਰ ਦਰਸ਼ੀ ਨਹੀਂ ਸੀ ਮੰਨ ਸਕਦੀ ਅੰਤ ਹਾਰ ਕੇ ਉਹਦਾ ਜੀਕਿ ਤੋ ਦਰਸ਼ੀ ਨੂੰ ਛੱਡ ਹੀ ਆਵੇ ਇਹ ਸੋਚਦਿਆਂ ਉਹਨੂੰ ਮੁੜਕਾ ਆ ਗਿਆ ਕਮਰੇ ਦੇ ਦਰਵਾਜ਼ੇ ਦੀਆਂ ਛੀਤਾਂ ਰਾਹੀਂ ਠੰਡੀ ਠੰਡੀ ਹਵਾ ਅੰਦਰ ਆ ਰਹੀ ਸੀ ਉਹਦੇ ਨਾਲ ਦੇ ਕਮਰੇ 'ਚ ਵੱਜੀ ਹੋਈ ਬੂਰੀ ਮੱਝ ਸ਼ਾਇਦ ਠੰਡ ਦੇ ਕਾਰਨ ਹੌਂਕ ਰਹੀ ਸੀ ਪਰ ਉਹਦੀ ਸਰੀਰ ਨੂੰ ਮੁੜਕਾ ਆ ਰਿਹਾ ਸੀ ਦਰਸ਼ੀ ਨੇ ਰਜਾਈ ਲਾ ਕੇ ਵੱਖ ਕਰਤੀ ਸੀ ਆਪਣੇ ਮੂੰਹ ਤੋਂ ਆਪਣੀਆਂ ਬਾਹਾਂ ਹਟਾ ਲਈਆਂ ਸਨ ਲਾਲਟਨ ਵਿੱਚਲਾ ਤੇਲ ਮੁੱਕਦਾ ਜਾ ਰਿਹਾ ਸੀ ਉਹਨਾਂ ਨੂੰ ਆਪਣੇ ਆਪ ਤੋਂ ਮਹਿਕ ਦੀ ਥਾਂ ਸ਼ਰਮ ਆ ਰਹੀ ਸੀ ਤੇ ਸ਼ਰਮ ਦੇ ਨਾਲ ਮੁੜਕਾ ਆ ਰਿਹਾ ਸੀ ਮੁੜਕੇ ਦੇ ਨਾਲ ਹੀ ਮੁੜਕੇ ਦੀ ਬੇਸਵਾਦ ਜੀ ਹਵਾ ਆ ਰਹੀ ਸੀ ਛਾਟੀ ਉਹਦਾ ਧਿਆਨ ਆਪਣੇ ਖੇਤ ਚ ਉੱਗੀ ਹੋਈ 베ਰੀ ਤੇ ਚਲਾ ਗਿਆ ਤੈਨੂੰ 베ਰ ਲਿਆ ਕੇ ਦਿਆਂਗਾ ਉਹਨੇ ਸੌਖ ਜੀ ਅਨੁਭਵ ਕਰਦਿਆਂ ਆਖਿਆ ਦਰਸ਼ੀ ਬੁੱਤ ਵਾਂਗ ਚੁੱਪ ਸੀ ਇੰਜ ਜਾਪਦਾ ਸੀ ਜਿਵੇਂ ਠੰਡ ਨਾਲ ਜੁੜ ਗਈ ਹੋਵੇ ਚੱਲ ਹੁਣੇ ਲਿਆ ਦਿੰਨਾ ਉੱਠ ਕੇ ਖਲੋ ਗਿਆ ਤੇ ਦਰਸ਼ੀ ਦੀਆਂ ਕੱਚਾਂਛਾ ਹੱਥ ਦੇ ਕੇ ਉਹਨੂੰ ਕੁਛੜ ਚੁੱਕ ਲਿਆ ਦਰਸ਼ੀ ਦਾ ਮਾਂ ਟੁੱਟ ਗਿਆ ਗੁੱਸੇ ਦੀ ਹਾਲਤ ਵਿੱਚ ਹੀ ਗੁਰਦੇਵ ਦੀ ਗੋਦੀ ਚੜ ਗਈ। ਗੁਰਦੇਵ ਦਾ ਰੋਮ ਰੋਮ ਖੁੱਲ ਗਿਆ। ਉਸ ਦੇ ਸੀਨੇ ਦੀ ਹਵਾੜ ਸੁਗੰਧੀ ਚ ਬਦਲ ਗਈ। ਮਾਂ ਕੋਲ ਜਾਣ ਗੋਦੀ ਚੜ ਕੇ ਦਰਸ਼ੀ ਨੇ ਚੁੱਪਕੇ ਜਿਹੀ ਕਹਿ ਦਿੱਤਾ ਗੁਰਦੇਵ ਦੀਆਂ ਬਾਹਾਂ ਫੇਰ ਢਿੱਲੀਆਂ ਪੈ ਗਈਆਂ। ਮਾਂ ਨੂੰ ਮੈਂ ਹਾਕ ਮਾਰ ਕੇ ਜਗਾ ਲਾਂਗੀ ਦਰਸ਼ੀ ਨੇ ਆਖਿਆ। ਗੁਰਦੇਵ ਨੂੰ ਫੇਰ ਮੁੜਕਾ ਆ ਗਿਆ। ਮਾਂ ਦਰਸ਼ੀ ਨੇ ਜ਼ੋਰ ਦੀ ਆਵਾਜ਼ ਦੇ ਦਿੱਤੀ। ਦਰਸ਼ੀ ਦੀ ਮਾਂ ਆਪਣੇ ਕਮਰੇ 'ਚ ਮਸਾ 50 ਅਗਸ ਦੀ ਵਿੱਤ ਤੇ ਸੁੱਤੀ ਪਈ ਸੀ। ਹੋਂ ਗੁਰਦੇਵ ਦੀਆਂ ਲੱਤਾਂ ਕੰਬਣ ਲੱਗ ਪਈਆਂ ਕਾਲਜੇ ਦੀ ਕੋਠੀ ਧੜਕਣ ਲੱਗੀ ਪਰ ਦਰਸ਼ੀ ਦੀ ਆਵਾਜ਼ ਕਿਸੇ ਨੇ ਵੀ ਨਹੀਂ ਸੁਣੀ ਹੋਣੀ ਸਭ ਕੁ ਖੁੱਗ ਸੁੱਤੇ ਪਏ ਸੀ ਇਹ ਸੋਚ ਕੇ ਉਹ ਜ਼ਰਾ ਕੁ ਪੈਰਾਂ ਤੇ ਖਲੋਇਆ ਮੈਂ ਤੈਨੂੰ ਸੁੱਤੀ ਪਈ ਨੂੰ ਕੁਝ ਵੀ ਨਹੀਂ ਕਹਿੰਦਾ ਉਹਨੇ ਮਿੰਤਾਂ ਕੀਤੀਆਂ ਦਰਸ਼ੀ ਕਿਸੇ ਪ੍ਰਕਾਰ ਦਾ ਤਰਲਾ ਮੰਨਣ ਲਈ ਤਿਆਰ ਨਹੀਂ ਸੀ ਦੰਦਾ ਹੇਠ ਬੁੱਲ ਲੈ ਕੇ ਉਹਨੇ ਆਪਣਾ ਬੁੱਲ ਟੁੱਕ ਲਿਆ ਇਸੇ ਬੁੱਲ ਨੇ ਤੇਰਾ ਮੂੰਹ ਝੂਠਾ ਕੀਤਾ ਸੀ ਉਹਨੇ ਟੁੱਕਿਆ ਹੋਇਆ ਬੁੱਲ ਦਰਸ਼ੀ ਨੂੰ ਵਿਖਾਇਆ ਬੁੱਲ ਵੱਲ ਵੇਖ ਕੇ ਦਰਸ਼ੀ ਠਟੰਬਰ ਗਏ ਪਰ ਰਾਤ ਨੂੰ ਗੁਰਦੇਵ ਕੁਲ ਰਹਿਣ ਨੂੰ ਨਾ ਕਰ ਦਿੱਤੇ ਸ਼ਰਮਿੰਦਾ ਜੇ ਹੋ ਕੇ ਗੁਰਦੇਵ ਦਰਸ਼ੀ ਨੂੰ ਲੈ ਕੇ ਦਰਸ਼ੀ ਦੀ ਮਾਂ ਦੇ ਘਰ ਨੂੰ ਟੁਰ ਪਿਆ ਕਿਹਾ ਭਾਗਾ ਦੇੜਾ ਸੀ ਉਹ ਗੁਰਦੇਵ ਲਈ ਕਿਸ ਅਭਾਗੇ ਦਾ ਮੂੰਹ ਵੇਖਿਆ ਸੀ ਅੱਜ ਉਹਨੇ ਸਵੇਰੇ ਸਵੇਰੇ ਠੰਡੀ ਪੌਣ ਦੇ ਬੁੱਲਿਆਂ 'ਚ ਠਰੀ ਹੋਈ ਦਰਸ਼ੀ ਨੂੰ ਗੋਦੀ ਚੁੱਕੀ ਜਾ ਰਿਆ ਸੀ ਉਹਨੂੰ ਇੰਨੀ ਠੰਡ 'ਚ ਵੀ ਸੇਕ ਲੱਗ ਰਿਹਾ ਸੀ ਦਰਸ਼ੀ ਕਿਸ ਗੱਲੋਂ ਗੁੱਸੇ ਹੋ ਕੇ ਆਪਣੇ ਘਰ ਨੂੰ ਆ ਗਈ ਸੀ ਇਹ ਗੱਲ ਉਹ ਆਪਣੇ ਮਾਂ ਨੂੰ ਨਾ ਦੱਸੇ ਗੁਰਦੇਵ ਨੇ ਦਰਸ਼ੀ ਦੀ ਮਿੰਨਤ ਕਰਨੀ ਚਾਹੀ। ਇਹ ਦੱਸੇ ਜਾਣ ਲਈ ਉਹਦੀਆਂ ਪਿਛਲੀਆਂ ਸਾਰੀਆਂ ਸੋਚਾਂ ਨਾਪਾਕ ਹੋ ਜਾਣਗੀਆਂ। ਦਰਸ਼ੀ ਦੀ ਮਾਂ ਨੂੰ ਉਹਦੀ ਫਿਤਰਤ ਤੇ ਸ਼ੱਕ ਹੋਣ ਲੱਗੇਗਾ। ਐਡਾ ਸ਼ਰੀਫ ਬਣਿਆ ਫਿਰਦਾ ਸੀ ਉਹ ਆਪਣੇ ਆਪ ਚ। ਪਰ ਬੱਚੇ ਨੂੰ ਕਿਸ ਗੱਲ ਤੇ ਕਿਸੇ ਗੱਲ ਤੇ ਵਰਜਣਾ ਉਹਨੂੰ ਉਸੇ ਗੱਲ ਦੀ ਪ੍ਰੇਰਣਾ ਹੁੰਦਾ ਹੈ। ਉਹਨੇ ਕੁਝ ਨਾ ਆਖਿਆ। ਪਤਾ ਨਹੀਂ ਕਿੰਝ ਉਹਨੇ ਸ਼ਿਆਮ ਨੂੰ ਜਗਾਇਆ ਤੇ ਕਿੰਝ ਦਰਸ਼ੀ ਨੂੰ ਉਸ ਕੁਲ ਛੱਡ ਕੇ ਸ਼ਰਮਿੰਦਗੀ ਦਾ ਮਾਰਿਆ ਫਟਾਫਟ ਬਿਨਾ ਉੱਥੇ ਰੁਕਣ ਦੇ। ਕਚਾਂ ਪਰਦਾ ਆ। ਸ਼ਿਆਮੋ ਖੁਸ਼ ਸੀ ਕਿ ਉਹਦੀ ਮਾਂ ਦਿਲ 'ਚ ਕਿੰਨੀ ਖੇਚਾ ਹੈ। ਕਿ ਦਰਸ਼ੀ ਇੰਨਾ ਪਿਆਰ ਕਰਨ ਵਾਲੇ ਪਿਆਰੇ ਗੁਰਦੇਵ ਕੋਲ ਵੀ ਨਹੀਂ ਸੀ ਟਹਿਰੀ। ਤੂੰ ਤੇ ਕਹਿੰਦਾ ਸੀ ਦਰਸ਼ੀ ਅੱਜ ਕਿਸੇ ਕੀਮਤ ਤੇ ਮੇਰੇ ਨਾਲ ਨਹੀਂ ਸੌਂਦੀ। ਜਿੱਤ ਦੇ ਨਸ਼ੇ 'ਚ ਉਹਨੇ ਗੁਰਦੇਵ ਨੂੰ ਪੁੱਛਿਆ ਸੀ। ਪਰ ਗੁਰਦੇਵ ਬਿਨਾਂ ਕੁਝ ਕਹੇ ਸੁਣੇ ਡੱਗ ਮੰਗਾ ਦੇ ਕਤਵਾਂ ਨਾਲ ਵਾਪਸ ਆ ਗਿਆ। ਘਰ ਪਹੁੰਚ ਕੇ ਆਪਣੇ ਆਪ ਨੂੰ ਇੰਨਾ ਸੌਖਾ ਮਹਿਸੂਸ ਕਰ ਰਿਹਾ ਸੀ ਜਿਵੇਂ ਮੌਤ ਦੇ ਬੂਹ ਨਿਕਲ ਕੇ ਆਇਆ ਹੋਵੇ। ਪਰ ਸਾਰੀ ਰਾਤ ਉਹਨੂੰ ਨੀਂਦ ਨਹੀਂ ਸੀ ਆਈ। ਉਨੇ ਦਰਸ਼ੀ ਮੇਰੇ ਕੋਲ ਨਾ ਸੌਣ ਕਰਨ ਦੱਸ ਰਹੀ ਹੋਏਗੀ। ਉਹਨੇ ਸੋਚਿਆ ਤੇ ਉਹਨੇ ਲਾਲਟਣ ਦੀ ਲੋ ਤੇ ਸ਼ਰਮ ਆਉਣ ਲੱਗ ਪਈ। ਬੱਤੀ ਨੂੰ ਉਹਨੇ ਬੁਝ ਜਾਣ ਦਿੱਤੀ ਤੇ ਸੱਚਮੁੱਚ ਇਹ ਸਭ ਕੁਝ ਦਰਸ਼ੀ ਆਪਣੀ ਮਾਂ ਨੂੰ ਦੱਸ ਰਹੀ ਸੀ। ਇਹ ਸਭ ਕੁਝ ਸੁਣ ਕੇ ਸ਼ਾਮੂ ਨੂੰ ਗੁਰਦੇਵ ਦੇ ਭੋਲੇਪਨ ਤੇ ਹਾਸਾ ਆ ਗਿਆ। ਦਰਸ਼ੀ ਸਭ ਕੁਝ ਦੱਸੀ ਜਾ ਰਹੀ ਸੀ ਸ਼ਾਮੂ ਨੂੰ ਗੁਰਦੇਵ ਦੀ ਅਣਪੋਲਤਾ ਨਾਲ ਹੰਦਰਦੀ ਹੋ ਰਹੀ ਸੀ। ਸ਼ਰਮਿੰਦਗੀ ਚ ਕਿਵੇਂ ਉਹਨੇ ਬੁੱਲ ਘੱਟ ਲਿਆ ਸੀ। ਦਰਸ਼ੀ ਨੇ ਦੱਸਿਆ ਕਿੰਨਾ ਸਾਊ ਤੇ ਮਾਸੂਮ ਸੀ ਗੁਰਦੇਵ। ਸ਼ਾਮੂ ਨੇ ਸੋਚਿਆ ਤਿੱਕੇਵੇਂ ਬਿਨਾ ਕੁਝ ਦੇਖੇ ਸੁਨੇ ਵਾਪਸ ਪਰਤ ਗਿਆ ਸੀ ਸ਼ਿਆਮ ਨੂੰ ਚੇਤਾ ਆਇਆ ਗੁਰਦੇਵ ਨੂੰ ਹੋਰ ਵੀ ਪਿਆਰਾ ਜਾਪਿਆ ਆਪਣੀ ਦਰਸ਼ੀ ਨਾਲੋਂ ਵੀ ਕਈ ਗੁਣਾ ਪਿਆਰਾ ਲਾੜ ਚਾ ਕੇ ਉਹਨੇ ਦਰਸ਼ੀ ਦੀਆਂ ਉਹਨਾਂ ਗੱਲਾਂ ਨੂੰ ਚੁੰਮ ਲਿਆ ਜਿਨ੍ਹਾਂ ਨੂੰ ਗੁਰਦੇਵ ਨੇ ਦੇ ਭੁੱਲਾਂ ਨੇ ਜੁਠ ਲਾਇਆ ਸੀ ਇਸ ਤੋਂ ਪੁੱਛੂ ਆਪਣੀ ਸੋਹਣੀ ਬੱਚੀ ਨੂੰ ਹਿੱਕ ਨਾਲ ਲਾ ਕੇ ਸੌਂਗੀ ਸਾਰੀ ਰਾਤ ਉਹਨੂੰ ਗੁਰਦੇਵ ਦੀ ਅਪੋਲਤਾ ਦੇ ਸੁਪਨੇ ਆਉਂਦੇ ਰਹੇ ਦੂਜੇ ਦਿਨ ਗੁਰਦੇਵ ਸ਼ਾਮੂ ਦੇ ਘਰ ਗਿਆ ਤਾਂ ਹਾਲੇ ਵੀ ਉਹਦੇ ਪੈਰ ਥਿੜਕ ਰਹੇ ਸਨ ਉਦੇ ਚਿਹਰੇ ਤੇ ਸ਼ਾਮੂ ਨੂੰ ਰਾਤ ਦੀ ਸ਼ਰਮ ਦੇ ਚਿੰਨ ਵਿਖਾਈ ਦਿੱਤੇ ਜਿਵੇਂ ਉਹ ਕੋਈ ਚੰਦਰਾ ਸੁਪਨਾ ਵੇਖ ਰਿਹਾ ਹੋਵੇ ਸ਼ਰਮ ਦੇ ਕਾਰਨ ਕਿੰਨਾ ਪਿਆਰਾ ਸੀ ਉਹਦਾ ਮੂੰਹ ਛਾਟੀ ਸ਼ਾਮੂ ਦਾ ਜੀ ਕੀਤਾ ਉਹ ਗੁਰਦੇਵ ਨੂੰ ਇਸ ਸੋਚ ਤੋਂ ਮੁਕਤ ਕਰ ਦੇਵੇ ਲਿਆ ਆ ਗਿਆ ਤੇਰਾ ਵੀਰਦਰਸ਼ੀ ਦੇਦੇ ਨੂੰ ਰਜਵੇਂ ਪਿਆਰ ਜਿੰਨੇ ਮੰਗਦਾ ਤੇ ਇਹ ਗੱਲ ਸ਼ਾਮੂ ਨੇ ਇੰਜ ਕਹਿਤੀ ਜਿਵੇਂ ਰਾਤੀ ਕੁਝ ਵੀ ਨਹੀਂ ਸੀ ਹੋਇਆ ਸ਼ਾਮੂ ਦੇ ਵਾਕ ਸੁਣ ਕੇ ਗੁਰਦੇਵ ਦਾ ਮੂੰਹ ਹੋਰ ਵੀ ਮਾਸੂਮ ਜਿਹਾ ਹੋ ਗਿਆ ਸ਼ਾਮੂ ਨੂੰ ਜਾਪਿਆ ਗੁਰਦੇਵ ਇੱਕ ਬੱਚਾ ਸੀ ਛੋਟਾ ਜਿਹਾ ਬੱਚਾ ਉਹਦੀ ਦਰਸ਼ੀ ਨਾਲੋਂ ਵੀ ਛੋਟਾ ਜਿਹੜਾ ਆਪਣੇ ਚੰਗੇ ਅਮਲ ਨੂੰ ਮੰਦਾ ਸਮਝ ਕੇ ਉਸ ਤੇ ਖਾਮ-ਖਾਮ ਸ਼ਰਮਾ ਰਿਹਾ ਸੀ ਇਸ ਲਈ ਦਰਸ਼ੀ ਨਾਲੋਂ ਵੀ ਛੋਟੇ ਬੱਚੇ ਨੂੰ ਉਹ ਦੱਸਣਾ ਚਾਹੁੰਦੀ ਸੀ ਕਿ ਉਹ ਬਹੁਤ ਹੀ ਸੋਹਣਾ ਤੇ ਬਹੁਤ ਹੀ ਚੰਗਾ ਮੁੰਡਾ ਸੀ ਉਹਨੇ ਗੁਰਦੇਵ ਨੂੰ ਘੁੱਟ ਕੇ ਜੱਫੀ ਚ ਲੈ ਲਿਆ ਐਨ ਉਸੇ ਤਰ੍ਹਾਂ ਜਿਵੇਂ ਪਿਛਲੇ ਵਾਰੇ ਗੁਰਦੇਵ ਦੀ ਵੱਡੀ ਭੈਣ ਨੇ ਗੁਰਦੇਵ ਨੂੰ ਆਪਣੇ ਵੀਰ ਮਿਲਾਪ ਲਈ ਤੰਗ ਦੀਆਂ ਬਾਹਾਂ ਚ ਮੋਢੋਲ ਦਿੱਤਾ ਸੀ ਜਦੋਂ ਪਹਿਲੀ ਵਾਰ ਉਹਨੂੰ ਸਹੁਰੇ ਘਰ ਨੂੰ ਮਿਲਣ ਗਿਆ ਸੀ ਗੁਰਦੇਵ ਦਾ ਸਾਰਾ ਜਿਸਮ ਤਰੇੜੋ ਤਰੇੜੀ ਹੋ ਗਿਆ ਧੰਨਵਾਦ